तुसी जुड़े हो स्क्रोल पंजाब दे नाल ते मैं हाँ सुख पट्टी वाल। इस वेले दी वड्डी खबर डेरा सरसा मुखी गुरमीत राम रहीम दे नाल जुड़ी हुई सामने आ रही है, क्योंकि अज डेरा सरसा मुखी गुरमीत राम रहीम नूं मिली जेड प्लस सिक्योरिटी ते हुण वड्डा विवाद हुंदा नजर आ रहा, क्योंकि इस सिक्योरिटी तो बाद हुण जो सूत्रां दे हवाले तो खबर निकल के आई है कि हरियाणा सरकार नूं इक धमकी मिली है, ते धमकी भी जिहड़ा गुरपतवंत पन्नू होरां दे वल्लों दित्ती गई आ। तुहानूं दस दईए कि गुरपतवंत सिंह पन्नू जिहड़े अक्सर जाने जांदे ने खालिस्तानी समर्थकां दे वजों जाने जांदे ने, गुरपतवंत सिंह पन्नू तां उहनां दे वल्लों इह जिहड़ी धमकी आ उह दित्ती गई आ। सिख फॉर जस्टिस वाले गुरपतवंत सिंह पन्नू दे वल्लों धमकी दित्ती गई आ हरियाणा सरकार नूं, हरियाणा दे मुख्यमंत्री मनोहर लाल खट्टर नूं जिहड़ी इह धमकी आ ਉਹ ਦਿੱਤੀ ਗਈ ਆ। ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਧਮਕੀ ਦਿੱਤੀ ਗਈ ਆ, ਤੇ ਧਮਕੀ ਦੇ ਕੇ ਕਿਹਾ ਗਿਆ ਕਿ ਬੇਅਦਬੀ ਦੇ ਆਰੋਪੀ ਨੂੰ ਤੁਸੀਂ ਜੈਡ ਪਲੱਸ ਸਿਕਿਉਰਿਟੀ ਕਿਉਂ ਦਿੱਤੀ ਆ, ਤੇ ਨਾਲ ਹੀ ਕਿਹਾ ਗਿਆ ਕਿ ਇੰਜਾਮ ਆ ਜਿਹੜਾ ਇਸਦਾ ਭੁਗਤਣ ਲਈ ਤਿਆਰ ਰਹੋ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪਹਿਲਾਂ ਪੈਰੋਲ ਸਵਾਲਾਂ ਦੇ ਘੇਰੇ 'ਚ ਬਣੀ ਹੋਈ ਸੀ, ਕਿਉਂਕਿ ਪੈਰੋਲ ਨੂੰ ਲੈ ਕੇ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਤਾਂ ਫਿਰ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਵਿਵਾਦ ਪਹਿਲਾਂ ਹੀ ਛਿੜਿਆ ਹੋਇਆ, ਪਹਿਲਾਂ ਹੀ ਜਿਹੜੀ ਮੰਗ ਉਹਦੇ ਪੈਰੋਲ ਨੂੰ ਰੱਦ ਕਰਨ ਦੀ ਕੀਤੀ ਜਾ ਰਹੀ ਆ। ਹਾਲਾਂਕਿ ਹੁਣ ਥੋੜ੍ਹੇ ਦਿਨ ਬਾਕੀ ਨੇ ਜਿਹੜੇ ਪੈਰੋਲ ਦੇ ਉਹ ਰਹਿ ਗਏ ਨੇ, ਇਹ ਤਾਂ ਦੱਸ ਦਈਏ ਕਿ 5 ਦਿਨ ਬਾਕੀ ਰਹਿ ਗਏ ਨੇ। ਤਾਂ ਦੂਜੇ ਪਾਸੇ ਜਿਹੜੀ ਰਾਮ ਰਹੀਮ ਦੀ ਪੈਰੋਲ ਆ ਉਸਦੇ ਖਿਲਾਫ ਪਟੀਸ਼ਨ ਵੀ ਜਿਹੜੀ ਹਾਈ ਕੋਰਟ ਦੇ ਵਿੱਚ ਪਈ ਹੋਈ ਆ, ਉਸ 'ਤੇ ਵੀ ਕੱਲ੍ਹ ਨੂੰ ਸੁਣਵਾਈ ਹੋਣੀ ਆ। ਤਾਂ ਦੂਜੇ ਪਾਸੇ ਹੁਣ ਇੱਕ ਨਵਾਂ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਇਹ ਜਿਹੜਾ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਉਹ ਜਦੋਂ ਦੀ ਪੈਰੋਲ ਗੁਰਮੀਤ ਰਾਮ ਰਹੀਮ ਨੂੰ ਮਿਲੀ ਆ, ਉਸ ਤੋਂ ਬਾਅਦ ਗੁਰੂਗ੍ਰਾਮ ਨਾਮ ਚਰਚਾ ਘਰ ਦੇ ਵਿੱਚ ਜਿਹੜਾ ਡੇਰਾ ਸਰਸਾ ਮੁਖੀ ਰੁਕਿਆ ਹੋਇਆ। ਤਾਂ ਜਿਸ ਦਿਨ ਤੋਂ ਅੱਜ ਕਹਿ ਸਕਦੇ ਹਾਂ ਕਿ ਕਰੀਬ 16 ਤੋਂ 17 ਦਿਨ ਨੇ ਜਿਹੜਾ ਉਹ ਰਾਮ ਰਹੀਮ ਦੀ ਪੈਰੋਲ ਨੂੰ ਹੋ ਚੁੱਕੇ ਨੇ। ਤਾਂ ਲਗਾਤਾਰ ਹੀ ਜਿਸ ਦਿਨ ਦੀ ਪੈਰੋਲ ਮਿਲੀ ਆ ਗੁਰਮੀਤ ਰਾਮ ਰਹੀਮ ਨੂੰ, ਤਾਂ ਉਹ ਚਰਚਾ ਦੇ ਵਿੱਚ ਬਣੇ ਹੋਏ ਨੇ। ਤਾਂ ਪਹਿਲਾਂ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਗੁਰਮੀਤ ਰਾਮ ਰਹੀਮ, ਤਾਂ ਹੁਣ ਇੱਕ ਨਵਾਂ ਵਿਵਾਦ ਛਿੜ ਚੁੱਕਿਆ, ਕਿਉਂਕਿ ਜਿਸ ਹਿਸਾਬ ਦੇ ਨਾਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਪੈਰੋਲ ਦਿੱਤੀ ਗਈ, ਪੈਰੋਲ ਤੋਂ ਬਾਅਦ ਐਨ ਚੋਣਾਂ ਦੇ ਵਕਤ ਪੈਰੋਲ ਦਿੱਤੇ ਜਾਣਾ ਵੀ ਸਵਾਲਾਂ ਦੇ ਘੇਰੇ 'ਚ ਸੀ। ਤਾਂ ਫਿਰ ਦੂਜੇ ਪਾਸੇ ਹੁਣ ਜਿਸ ਹਿਸਾਬ ਦੇ ਨਾਲ ਜੈੱਡ ਪਲੱਸ ਸਿਕਿਉਰਿਟੀ ਦਿੱਤੀ ਗਈ ਆ, ਤਾਂ ਉਸਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਦਰਅਸਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੈੱਡ ਸਿਕਿਉਰਿਟੀ ਦਿੱਤੀ ਗਈ ਆ, ਕਿਉਂਕਿ ਜਿਹੜੀਆਂ ਮੀਡੀਆ ਰਿਪੋਰਟਾਂ ਸੀ ਉਹਨਾਂ ਦੇ ਮੁਤਾਬਕ ਜਿਹੜਾ ਕੁਛ ਜਾਣਕਾਰੀ ਨਿਕਲ ਕੇ ਆਈ ਆ ਕਿ ਗੁਰਮੀਤ ਰਾਮ ਰਹੀਮ ਦੀ ਜਾਨ ਨੂੰ ਖਤਰਾ ਸੀ, ਅਤੇ ਖਤਰਾ ਸੀ ਖਾਲਿਸਤਾਨੀ ਸਮਰਥਕਾਂ ਤੋਂ। ਤਾਂ ਜਿਸ ਦੇ ਹਵਾਲੇ ਨੂੰ ਮੱਦੇਨਜ਼ਰ ਹਰਿਆਣਾ ਸਰਕਾਰ ਦੇ ਵੱਲੋਂ ਜੈੱਡ ਪਲੱਸ ਸਿਕਿਉਰਿਟੀ ਗੁਰਮੀਤ ਰਾਮ ਰਹੀਮ ਨੂੰ ਉਹ ਦਿੱਤੀ ਗਈ ਆ। ਤਾਂ ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਲੰਮਾ ਸਮਾਂ ਜੇਲ੍ਹ ਦੇ ਵਿੱਚ ਬਿਤਾ ਕੇ ਆਏ ਨੇ, ਅਤੇ ਹੁਣ ਉਹਨਾਂ ਨੂੰ ਪੈਰੋਲ ਆ ਜਿਹੜੀ ਉਹ ਮਿਲੀ ਆ 21 ਦਿਨਾਂ ਦੀ ਪੈਰੋਲ ਮਿਲੀ ਹੋਈ ਸੀ। ਤਾਂ ਦੂਜੇ ਪਾਸੇ ਹੁਣ ਸੁਣਵਾਈ ਕੱਲ੍ਹ ਨੂੰ ਹੋਣੀ ਆ ਕਿ ਪੈਰੋਲ ਰੱਦ ਕਦੋਂ ਕੀਤੀ ਜਾਣੀ ਆ। ਪਰ ਜੇ ਦੇਖਿਆ ਜਾਵੇ ਤਾਂ ਪੈਰੋਲ ਦੇ ਸਿਰਫ 5 ਦਿਨ ਬਾਕੀ ਨੇ। ਤਾਂ ਹੁਣ ਇੱਕ ਵੱਡੀ ਧਮਕੀ ਮਿਲੀ ਆ ਹਰਿਆਣਾ ਸਰਕਾਰ ਨੂੰ, ਕਿਉਂਕਿ ਅੱਜ ਹੀ ਜਿਹੜੀ ਜੈੱਡ ਪਲੱਸ ਸਿਕਿਉਰਿਟੀ ਆ ਉਹ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਹੈ ਹਰਿਆਣਾ ਸਰਕਾਰ ਦੇ ਵੱਲੋਂ, ਕਿਉਂਕਿ ਅਪੀਲ ਪਾਈ ਗਈ ਸੀ ਕਿ ਗੁਰਪਤਵੰਤ ਸਿੰਘ ਪੰਨੂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਨਾਲ ਸਹਿਚਾਰ ਰੱਖਣ ਵਾਲੇ ਕੁਝ ਲੋਕ ਨੇ ਖਾਲਿਸਤਾਨੀ ਇਹ ਸੋਚ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਗੁਰਮੀਤ ਰਾਮ ਰਹੀਮ ਦੀ ਜਾਨ ਨੂੰ ਖਤਰਾ, ਇਹ ਹਵਾਲਾ ਦਿੰਦੇ ਹੋਏ ਇਹ ਜਿਹੜੀ ਜੈੱਡ ਪਲੱਸ ਸਿਕਿਉਰਿਟੀ ਦਿੱਤੀ ਗਈ, ਜਿਸ ਤੋਂ ਬਾਅਦ ਹੁਣ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਇੱਕ ਧਮਕੀ ਦਿੱਤੀ ਗਈ ਆ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਕਿ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਮਨੋਹਰ ਲਾਲ ਖੱਟੜ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਨੂੰ ਧਮਕੀ ਦਿੱਤੀ ਗਈ ਆ, ਅਤੇ ਇਹ ਪੁੱਛਿਆ ਗਿਆ ਕਿ ਬੇਅਦਬੀ ਦੇ ਆਰੋਪੀ ਨੂੰ ਜਿਹੜੀ ਜੈੱਡ ਪਲੱਸ ਸਿਕਿਉਰਿਟੀ ਆ ਤੁਸੀਂ ਕਿਉਂ ਦਿੱਤੀ ਆ, ਅਤੇ ਨਾਲ ਹੀ ਚੇਤਾਵਨੀ ਦਿੱਤੀ ਆ ਕਿ ਹੁਣ ਅੰਜਾਮ ਆ ਜਿਹੜਾ ਇਸਦਾ ਉਹ ਭੁਗਤਣ ਦੇ ਲਈ ਤਿਆਰ ਰਹੋ। ਤਾਂ ਵੱਡਾ ਵਿਵਾਦ ਗੁਰਮੀਤ ਰਾਮ ਰਹੀਮ ਦੀ ਪੈਰੋਲ 'ਤੇ ਵੀ ਹੁੰਦਾ ਨਜ਼ਰ ਆ ਰਿਹਾ, ਪੈਰੋਲ ਤੋਂ ਬਾਅਦ ਹੁਣ ਸਿਕਿਉਰਿਟੀ 'ਤੇ ਵੀ ਹੁੰਦਾ ਨਜ਼ਰ ਆ ਰਿਹਾ। ਤਾਂ ਮੇਰੇ ਨਾਲ ਸਾਡੇ ਬਿਊਰੋ ਚੀਫ ਬਲਜੀਤ ਮਰਵਾਹਾ ਹੋਰੀ ਜੁੜ ਚੁੱਕੇ ਨੇ। ਮਰਵਾਹਾ ਜੀ, ਦੇਖਿਆ ਜਾਵੇ ਤਾਂ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੋਂ ਬਾਅਦ ਹੁਣ ਜੈੱਡ ਸਿਕਿਉਰਿਟੀ 'ਤੇ ਵਿਵਾਦ ਹੁੰਦਾ ਨਜ਼ਰ ਆ ਰਿਹਾ। ਬਿਲਕੁਲ, ਇਸ ਮਾਮਲੇ ਨੂੰ ਦੇਖੀਏ ਕਿਤੇ ਨਾ ਕਿਤੇ ਇਹ ਚੀਜ਼ ਨੇ ਅੱਜ ਹੋਰ
ਦੱਸਿਆ ਕਿ ਭਾਜਪਾ ਜਿਹੜੀ ਹੈਗੀ ਹੈ ਗੁਰਮੀਤ ਰਾਮ ਰੀਗਾ ਨੂੰ ਸ਼ੈਲਟਰ ਦੇ ਰਹੀ ਹੈਗੀ ਹੈ, ਕਿਉਂਕਿ ਜੀ ਜਦੋਂ ਉਹਨਾਂ ਨੂੰ ਜੇਲ੍ਹ ਦੇ ਅੰਦਰ ਕੀਤਾ ਗਿਆ ਸੀ ਤਾਂ ਵੀ ਭਾਜਪਾ ਕਹਿੰਦੀ ਸੀ ਸਾਡੀ ਜਿੱਤ ਹੋ ਜਾਏ, ਜੇਲ੍ਹ ਤੋਂ ਬਾਹਰ ਕੱਢਿਆ ਗਿਆ, ਭਾਜਪਾ ਕਹਿੰਦੀ ਜਿੱਤ ਹੋ ਜਾਏ, ਜੇਲ੍ਹ 'ਚ ਜਿਵੇਂ ਟ੍ਰੀਟ ਕੀਤਾ ਜਾ ਰਿਹਾ ਸੀ, ਹਾਲਾਂਕਿ ਉਹ ਆਪਣੇ ਸੰਵੇਦਨਸ਼ੀਲ ਮਾਮਲੇ ਦੇ ਵਿੱਚ ਸਜ਼ਾ ਲੇਕਿਨ ਇਸ ਤੋਂ ਬਾਵਜੂਦ ਜਿਵੇਂ ਖਬਰਾਂ ਸਮੇਂ ਸਮੇਂ ਬਾਹਰ ਆਉਂਦੀਆਂ ਨੇ ਕਿ ਉਹਨਾਂ ਨੂੰ ਸੁੱਖ ਸੁਵਿਧਾਵਾਂ ਪੂਰੀਆਂ ਮਿਲ ਰਹੀਆਂ ਨੇ, ਜੀ ਸੋ ਇਸ ਰਾਜਨੀਤਿਕ ਪਾਰਟੀ ਦਾ ਸੰਰਕਸ਼ਣ ਹੈਗਾ। ਤੇ ਆਪਾਂ ਜੇ ਗੱਲ ਕਰ ਲਈਏ ਕਿ ਗੁਰਪਤਵੰਤ ਪੰਨੂ ਦੀ, ਤਾਂ ਉਹਨਾਂ ਦੇ ਕਹਿਣਾ ਕਿ ਦਿੱਤੀ ਗਈ ਹੈ ਬੇਅਦਬੀ ਹੈ, ਦੋਸ਼ੀ ਹੈ, ਜੀ ਸੋ ਕਾਨੂੰਨੀ ਪੱਖ ਤੋਂ ਵੀ ਇੱਕ ਤਰ੍ਹਾਂ ਕਿਤੇ ਇਹ ਚੀਜ਼ ਵੈਰੀਫਾਈ ਤਾਂ ਹੋਣੀ ਹੈ, ਪਰ ਜਿਹੜੇ ਉਹਨਾਂ ਦੇ ਪਰਚੇ ਦਰਜ ਹੋ ਚੁੱਕੇ ਨੇ ਉਹ ਅਲੱਗ ਹੈ, ਜਿਹਨਾਂ 'ਚ ਉਹਨਾਂ ਨੂੰ ਸਜ਼ਾ ਜਿਹੜੀ ਹੋਈ ਹੈ ਪੰਜਾਬ ਦੇ ਵਿੱਚ ਤਾਂ ਮਾਮਲੇ 'ਚ ਹਾਲੇ ਪੂਰੀ ਤਰ੍ਹਾਂ ਜੀ ਨਹੀਂ, ਜਿਹੜਾ ਕਹਿ ਲਓ ਵੀ ਕੋਰਟ ਕਚਹਿਰੀ ਚੋਂ ਹੋ ਕੇ ਨਿਕਲੇ ਨੇ। ਤੇ ਪੰਨੂ ਦੀ ਜੇ ਆਪਾਂ ਗੱਲ ਕਰ ਲਈਏ, ਪੰਨੂ ਨੇ ਵੀ ਜੇ ਆਊਟ ਆਫ ਲਾ ਜਾ ਕੇ ਗੱਲ ਕੀਤੀ ਹੈ ਤਾਂ ਉਹਨਾਂ ਤੇ ਤੀਸਰਾ ਪਰਚਾ ਹੋਏਗਾ ਵਿਦ ਇਨ ਦਾ 23 ਸਟੇਟਸ ਦੀ ਆਪਾਂ ਗੱਲ ਕਰ ਲਈਏ। ਪਿਛਲੇ ਸਾਲ ਦੀ ਗੱਲ, ਇਹਨਾਂ ਨੇ ਕੈਪਟਨ ਅਮਰਿੰਦਰ ਨੂੰ ਇਹ ਜੀ ਧਮਕੀ ਦਿੱਤੀ ਸੀ, ਉਹਨਾਂ ਦੀ ਪੰਜਾਬ 'ਚ FIR ਹੋ ਗਈ ਸੀ, ਮੁੱਖ ਮੰਤਰੀ ਹਿਮਾਚਲ ਨੂੰ ਦਿੱਤੀ ਸੀ, ਜੈਰਾਮ ਠਾਕੁਰ ਉਹਨਾਂ ਤਾਂ ਉਹਨਾਂ ਤੇ ਹਿਮਾਚਲ 'ਚ ਪਰਚਾ ਦਰਜ ਹੋ ਗਿਆ ਸੀ, ਹਰਿਆਣਾ ਗੁਆਂਢੀ ਸਟੇਟ ਆ ਦੋਨੋਂ ਸੂਬਿਆਂ ਦੀ ਸੂਬਾ, ਤੇ ਹੁਣ ਹਰਿਆਣਾ ਦੇ ਵਿੱਚ ਵੀ, ਕਿਉਂਕਿ ਬਾਕੀ ਧਮਕੀਆਂ ਦਾ ਫਿਰ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਮੈਸੇਜ ਰਾਹੀਂ ਸੀਗੀਆਂ, ਇਹ ਤਾਂ ਸਿੱਧੇ ਤੌਰ ਤੇ ਫੋਨ ਕਰਕੇ ਧਮਕੀ ਦਿੱਤੀ ਗਈ ਹੈ, ਸੋ ਕਿਤੇ ਨਾ ਕਿਤੇ ਹੁਣ ਇੱਕ ਹੋਰ FIR ਹੈ। ਜੀ ਜੀ ਤਾਂ ਮਰਵਾਹਾ ਜੀ, ਦੇਖਿਆ ਜਾਵੇ ਲਗਾਤਾਰ ਐਕਸ਼ਨ ਆ ਜਿਹੜਾ ਗੁਰਪਤਵੰਤ ਪੰਨੂ ਹੋਰਾਂ ਦੇ ਖਿਲਾਫ ਦੇਖਿਆ ਜਾ ਰਿਹਾ ਹੈਗਾ। ਤਾਂ ਇੱਕ ਪਹਿਲਾਂ ਖਬਰ ਨਿਕਲ ਕੇ ਆਈ ਆ ਕਿ ਸਿੱਖ ਫੋਰ ਜਸਟਿਸ ਦੇ ਨਾਲ ਸੰਬੰਧਿਤ ਜਿਹੜੇ ਚੈਨਲ ਸੀ ਜਾਂ ਫਿਰ ਵੈਬਸਾਈਟਸ ਸੀ ਉਹ ਸਾਰੀਆਂ ਬੈਨ ਕਰ ਦਿੱਤੀਆਂ ਗਈਆਂ ਸੀ, ਤਾਂ ਹੁਣ ਦੂਜੇ ਪਾਸੇ ਅੱਜ ਇਲਜ਼ਾਮ ਇਸ ਦੇ ਵੀ ਇਹੀ ਦਿੱਤੇ ਲਾਏ ਗਏ ਸੀਗੇ ਕਿ ਗੁਰਮੀਤ ਰਾਮ ਰਹੀਮ ਦੀ ਜਾਨ ਨੂੰ ਖਤਰਾ ਹੈਗਾ ਖਾਲਿਸਤਾਨੀ ਸਮਰਥਕਾਂ ਤੋਂ, ਜਿਸ ਦੇ ਚੱਲਦੇ ਸਿਕਿਉਰਿਟੀ ਦਿੱਤੀ ਜਾ ਰਹੀ ਆ। ਤਾਂ ਹੁਣ ਤੀਜੀ ਖਬਰ ਨਿਕਲ ਕੇ ਆਉਂਦੀ ਆ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਧਮਕੀ ਦਿੱਤੀ ਗਈ ਆ ਜਿਹੜਾ ਗੁਰਪਤਵੰਤ ਪੰਨੂ ਹੋਰਾਂ ਦੇ ਵੱਲੋਂ। ਬਿਲਕੁਲ, ਜੇਕਰ ਆਪਾਂ ਇਸ ਨੂੰ ਦੇਖੀਏ ਤਾਂ ਗੁਰਪਤਵੰਤ ਪੰਨੂ ਜਿਹੜੀ ਵੀ ਐਕਟੀਵਿਟੀ ਕਰਦੇ ਨੇ, ਅਮਰੀਕਾ 'ਚ ਬੈਠੇ ਹੋਏ ਨੇ, ਜਿਹੜੀ ਵੀ ਐਕਟੀਵਿਟੀ ਕਰਦੇ ਨੇ ਉਹ ਮਤਲਬ ਕਾਨੂੰਨੀ ਹੱਦਾਂ ਤੋਂ ਬਾਹਰ ਜਾ ਕੇ ਹੈਗੀ ਹੈ, ਇਸ ਕਰਕੇ ਉਹਨਾਂ ਨੂੰ ਲਿਟੀਗੇਸ਼ਨ ਦੇ ਵਿੱਚ ਜਾਣ ਦੀ ਜਿਹੜੀ ਸੰਭਾਵਨਾ ਦੀ ਵਧਦੀ ਜਾਂਦੀ ਹੈ, FIR ਉਹਨਾਂ ਦੇ ਦਰਜ ਹੋ ਜਾਂਦੀਆਂ ਨੇ, ਕਈ ਪਰਚੇ ਦਰਜ ਹੋ ਚੁੱਕੇ ਨੇ, ਜਿੱਦਾਂ ਚੈਨਲ ਉਹਨਾਂ ਦੇ ਜਾਂ ਸੋਸ਼ਲ ਮੀਡੀਆ ਅਕਾਊਂਟ ਉਹਨਾਂ ਦੇ ਬੰਦ ਕਰਨ ਦੀ ਗੱਲ ਹੈਗੀ ਹੈ, ਤਾਂ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸੀਗੇ ਜਿਹੜੇ ਉਹਨਾਂ ਦੇ ਪਿੱਛੇ ਜੇ ਬੰਦ ਕੀਤੇ ਗਏ ਸੀਗੇ। ਤੇ ਉਸ ਤੋਂ ਬਾਅਦ ਹੁਣ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਸਭ ਤੋਂ ਪਤਾ ਹੀ ਹੈ, ਖਾਲਿਸਤਾਨ ਦੀ ਮੰਗ ਹੈਗੀ ਹੈ, ਜਿਹੜੇ ਵੀ ਖਾਸ ਕਰ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਨਾਲ ਲੱਗਦਾ ਕਿ ਜਿਹਨਾਂ ਜਿਹੜੇ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਤੇ ਦੋਸ਼ੀ ਨੇ ਜਾਂ ਉਹਨਾਂ ਦੇ ਅਗੇਂਸਟ ਹੈਗੇ ਨੇ, ਉਹਨਾਂ ਨੂੰ ਲੈ ਕੇ ਵੀ ਉਹ ਆਪਣੀ ਆਵਾਜ਼ ਜਿਹੜਾ ਚੱਕਦੇ ਰਹਿੰਦੇ ਨੇ, ਸੋ ਕਾਨੂੰਨੀ ਪ੍ਰਕਿਰਿਆ ਉਹਨਾਂ ਲਈ ਵੀ ਹੈਗੀ ਹੈ, ਗੁੰਝਲਦਾਰ ਰਹੇਗੀ, ਉਲਝਣ ਭਰੀ ਰਹੇਗੀ, ਤੇ ਇੱਕ ਹੋਰ ਕਹਿ ਲਓ ਵੀ ਇਹਨਾਂ ਨਾਲ ਟਾਈਮ ਚਾਹੇ ਜੀ ਜਿਹੜੀ ਲਿਟੀਗੇਸ਼ਨ ਹੈ ਫੇਸ ਕਰਦੀ ਜਿਹੜਾ ਹੈ ਪੈ ਸਕਦੀ ਹੈ। ਜੀ ਜੀ ਬਹੁਤ ਬਹੁਤ ਧੰਨਵਾਦ ਮਰਵਾਹਾ ਜੀ। ਤਾਂ ਤੁਹਾਨੂੰ ਦੱਸ ਦਈਏ ਕਿ ਜਿਵੇਂ ਮਰਵਾਹਾ ਹੋਰਾਂ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਜਿਹੜੀਆਂ ਮੁਸ਼ਕਲਾਂ ਨੇ ਉਹ ਜ਼ਰੂਰ ਵੱਧ ਸਕਦੀਆਂ ਨੇ ਗੁਰਪਤਵੰਤ ਪੰਨੂ ਦੀਆਂ, ਕਿਉਂਕਿ ਪਹਿਲਾਂ ਵੀ ਜਿਹੜੀਆਂ ਅਜਿਹੀਆਂ ਕਈ ਧਮਕੀਆਂ ਨੇ ਉਹ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਦਿੱਤੀਆਂ ਗਈਆਂ ਨੇ, ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰ ਲਈ ਜਾਵੇ ਜਾਂ ਫਿਰ ਕਿਸੇ ਹੋਰ ਸੂਬੇ ਦੇ ਕਈ ਮੁੱਖ ਮੰਤਰੀਆਂ ਨੂੰ ਧਮਕੀਆਂ ਗੁਰਪਤਵੰਤ ਪੰਨੂ ਦੇ ਵੱਲੋਂ ਦਿੱਤੀਆਂ ਜਾ ਚੁੱਕੀਆਂ ਨੇ। ਤਾਂ ਹੁਣ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ, ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ, ਬੀਜੇਪੀ ਦੀ ਸਰਕਾਰ ਆ ਹਰਿਆਣਾ ਦੇ ਵਿੱਚ, ਤਾਂ ਬੀਜੇਪੀ ਦੀ ਸਰਕਾਰ ਜਦੋਂ ਤੋਂ ਗੁਰਮੀਤ ਰਾਮ ਰਹੀਮ ਨੂੰ ਪਰੋਲ ਮਿਲੀ ਹੈ ਉਸ ਤੋਂ ਵੱਧ ਲਗਾਤਾਰ ਹਰਿਆਣਾ ਸਰਕਾਰ ਖਾਸ ਕਰਕੇ ਬੀਜੇਪੀ ਜਿਹੜੀ ਆ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਬਣੀ ਹੋਈ ਆ ਕਿ ਕਿਉਂਕਿ ਗੁਰਮੀਤ ਰਾਮ ਰਹੀਮ ਨੂੰ ਜਿਹੜੀ ਪਰੋਲ ਦਿੱਤੀ ਗਈ ਸੀ ਉਸਦਾ ਵੀ ਜਿਹੜਾ ਨਿਸ਼ਾਨਾ ਸਾਰਾ ਵਿਰੋਧੀ ਨੇ, ਉਹ ਲਗਾਤਾਰ ਬੀਜੇਪੀ ਤੇ ਸਾਧ ਰਹੇ ਸੀਗੇ ਕਿ ਚੋਣਾਂ ਦੇ ਵਿੱਚ ਜਿਹੜਾ ਪੰਜਾਬ 2022 ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਸਿਆਸੀ ਲਾਹਾ ਲੈਣ ਦੇ ਲਈ ਜਿਹੜੀ ਜ਼ਮਾਨਤ ਆ ਉਹ ਦਿੱਤੀ ਗਈ ਆ। ਤਾਂ ਕਿਉਂਕਿ ਟਾਈਮਿੰਗ ਦੇ ਹਿਸਾਬ ਨਾਲ ਸਵਾਲ ਵੱਡੇ ਖੜੇ ਹੋ ਰਹੇ ਸੀ, ਪਿਛਲੇ ਕਰੀਬ 4.5 ਸਾਲ ਤੋਂ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਨੇ, ਇਸ ਦੌਰਾਨ ਕਈ ਵਾਰ ਜ਼ਮਾਨਤਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ, ਪਰ ਸੌਦਾ ਸਾਧ ਨੂੰ ਹੁਣ ਤੱਕ ਜ਼ਮਾਨਤ ਨਹੀਂ ਜਿਹੜੀ ਮਿਲੀ ਸੀ। ਪਰ ਚੋਣਾਂ ਦੇ ਐਨ ਵਕਤ ਆ ਕੇ ਦੇਖਿਆ ਜਾਵੇ ਤਾਂ ਫਿਰ ਗੁਰਮੀਤ ਰਾਮ ਰਹੀਮ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਆ। ਹਾਲੇ ਤੱਕ ਇਹ ਕਲੀਅਰ ਨਹੀਂ ਹੋ ਪਾਇਆ ਕਿ ਜ਼ਮਾਨਤ ਜਿਹੜੀ ਕਿਹੜੇ ਤੱਥਾਂ ਦੇ ਆਧਾਰ ਤੇ ਦਿੱਤੀ ਗਈ ਆ, ਕਿਹੜੇ ਤੱਥ ਪੇਸ਼ ਕੀਤੇ ਗਏ ਸੀ ਜਿਨ੍ਹਾਂ ਦੇ ਲਈ ਉਹਨਾਂ ਦੇ ਵੱਲੋਂ ਜ਼ਮਾਨਤ ਮੰਗੀ ਗਈ ਸੀ। ਤਾਂ ਹੁਣ ਜ਼ਮਾਨਤ ਉਹਨਾਂ ਨੂੰ ਦੇ ਦਿੱਤੀ ਗਈ, ਦੱਸਿਆ ਜਾਂਦਾ ਗਾ ਜੋ ਖਬਰਾਂ ਨਿਕਲ ਕੇ ਆਈਆਂ ਸੀ ਕਿ ਜਦੋਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਜਿਹੜੇ 16 ਦਿਨ ਬਾਕੀ ਸੀ, 16 ਦਿਨ ਬਾਕੀ ਸੀ, ਤਾਂ ਮੰਨ ਲਈਏ ਕਿ 4 ਫਰਵਰੀ ਨੂੰ, ਕਰੀਬ 4 ਤੋਂ 5 ਫਰਵਰੀ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਹੋਰਾਂ ਦੇ ਵੱਲੋਂ ਆਪਣੀ ਜ਼ਮਾਨਤ ਆ ਜਿਹੜੀ ਉਹ ਲਾਈ ਗਈ ਸੀ। ਤਾਂ 3 ਦਿਨਾਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਆ ਜਿਹੜੀ ਉਹ ਮਨਜ਼ੂਰ ਹੋ ਜਾਂਦੀ ਆ। 7 ਫਰਵਰੀ ਨੂੰ ਆ ਜਿਹੜਾ ਗੁਰਮੀਤ ਰਾਮ ਰਹੀਮ ਨੂੰ ਪਰੋਲ ਦੇ ਦਿੱਤੀ ਜਾਂਦੀ ਆ, ਜੇਲ੍ਹ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ 21 ਦਿਨਾਂ ਦੇ ਲਈ, ਜਦੋਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਸਿਰਫ
13 दिन बाकी ने, तो जदों दे गुरमीत राम रहीम आए ने बाहर, हालांकि पूरी सुरक्षा दे विच गुरमीत राम रहीम नूं रख्या होया गुरुग्राम दे नाम चर्चा घर आ जिहड़ा उत्थे रख्या होया गा तीसरी मंजिल ते गुरमीत राम रहीम रह रहे ने, तां दूसरी मंजिल ते भारी पुलिस बल तैनात किया होया जिहड़ी सुरक्षा दे लई सौदा साध दी। तां दूजे पासे देखिया जावे इक उस तों बाद पुलिस तों इलावा जिहड़े सेवादार ने उहनां दा इक वड्डा वफद आ जिहड़ा इक वड्डा बाला गा उह सुरक्षा दे लई तैनात किया होया। नाम चर्चा करदे गेड़ की गल कर ली जाए तो गेड़ ते एक मजबूत पुलिस बल तैनात किया होया तां जो वह किसी भी प्रकार का खतरा गुरमीत राम रहीम नूं ना हो सके। नाम चर्चा घर के बाहर तक नहीं उन्होंने निकल दिता गया हाल तक, बेशक एक प्रकार की मतलब जेल तो बेशक बाहर ने गुरमीत राम रहीम, जेल तो बाहर होके भी कहा जा सकता कि एक प्रकार की जेल के ही ने, क्योंकि पहला सुनारिया जेल के बंद सी, हूँ भी एक मंजिल से नाम चर्चा घर की तीसरी मंजिल से ही गुरमीत राम रहीम नूं रख्या होया। हाल तक दस दिए कि गुरमीत राम रहीम सिर्फ 3 बार नीचे उतरे ने, 2 बार अपने परिवार नूं मिलण दे लई उतरे ने, तां 1 बार किसी होर काम दे लई नीचे उतरे सी सिर्फ 5 मिनट दे लई। तां देखिया जावे हुण 21 दिनां दी परोल सी, घट्टो घट 16 दिनां दी परोल लंघ चुकी है, 16 दिनां दे विच सिर्फ 3 बार गुरमीत राम रहीम उतरे ने नीचे, तो कुल मिला के कहा जा रहा कि 2 बार अद्धा अद्धा घंटा नीचे आए ने, 1 बार 5 मिनट दे लई, कुल मिला के करीब 1 घंटा नीचे उतरे ने। यह तो दूजे पासे हुण खबरां ही निकल के आ रही ने कि उन्हां दी जान नूं खतरा गा। तुहानूं दस दईए कि जदों परोल मिली सी तां परोल दे खिलाफ भी आवाज़ पहलां उठी सी, सिख भाईचारे दे वल्लों आवाज़ उठाई गई सी, तां हरियाणा दे जिहड़ा सिख हरियाणा सिख गुरद्वारा प्रबंधक कमेटी के प्रधान भाई बलजीत सिंह दादूवाल होरां दे वल्लों मनोहर लाल खट्टर दे नाल मुलाकात तक की गई सी। उन्हां नूं मंग पत्र दिता गया सी कि गुरमीत राम रहीम की जमानत आ जिहड़ी उह रद्द करके उसनूं मुड़ तों जेल दे विच भेजिया जावे। तां दूजे पासे पंजाब दे विच भी इस नूं लैके माहौल गरमाउंदा नजर आया सी, क्योंकि समाणा तों आजाद उम्मीदवार लड़ रहे एक व्यक्ति दे वल्लों जिहड़ी पटीशन पाई गई सी पंजाब हरियाणा हाई कोर्ट दे विच पटीशन पाई गई सी ते मंग कीती गई सी कि डेरा सिरसा मुखी गुरमीत राम रहीम की परोल आ जिहड़ी उह रद्द कर दित्ती जावे, परोल नूं रद्द करके उसनूं चोणां तों पहलां जेल दे विच वापस भेजिया जावे। पर अदालत दे वल्लों उसकी तरीक आ जिहड़ी उह चोणां तों बाद दी लगाई गई सी, क्योंकि 20 फरवरी नूं पंजाब दे विच चोणां सी, तां इस मामले की जिहड़ी सुनवाई होनी सी उह 21 फरवरी नूं होनी सी, पर 21 फरवरी नूं भी सुनवाई नहीं हुंदी आ ते जिहड़ी सुनवाई आ उह अगे टाल दित्ती जांदी आ। सुनवाई इस मामले की 23 फरवरी ते पा दित्ती जांदी आ, तां कल नूं सुनवाई होनी आ। पर दूजे पासे एक खबर निकल के आउंदी आ कि गुरमीत राम रहीम हालांकि पूरी सेफ जगह दे विच बैठे ने, फिर भी दस्या जांदा कि उन्हां दी जान नूं खतरा हैगा, जैड सिक्योरिटी मंग लई जांदी आ ते जैड सिक्योरिटी हरियाणा सरकार दे वल्लों झटपट दे भी दित्ती जांदी आ। गुरमीत राम रहीम नूं हवाला यही दित्ता जांदा गा कि उन्हां नूं जिहड़ा खालिस्तानी समर्थकां दे वल्लों जिहड़ियां धमकियां चेतावनियां मिल रहियां ने उन्हां दी जान नूं खतरा, जिस दे चलदे उन्हां नूं सिक्योरिटी आ जिहड़ी उह जैड प्लस दित्ती गई आ। तां दस दईए कि जैड प्लस सिक्योरिटी गुरमीत राम रहीम नूं दे दित्ती गई आ, जिस तों बाद हुण फिर तों मुड़ तों वड्डा विवाद खड़ा हुंदा नज़र आ रिहा, क्योंकि खबर सूत्रां दे हवाले तों निकल के आई आ कि सिक्योरिटी देण तों बाद कसूते घिर चुके ने हरियाणा दे मुख मंत्री मनोहर लाल खट्टर, खालिस्तानी समर्थकों के वालों जी हम चेतावनी दिती गई है गुरपतवंत सिंह पन्नू के वालों जी चेतावनी है हरियाणा के मुख्यमंत्री मनोहर लाल खट्टर दिती गई है। कहा जा रहा कि फोन किया गया मनोहर लाल खट्टर, मनोहर लाल खट्टर हरियाणा के मौजूदा मुख्यमंत्री ने, तो गुरपतवंत सिंह पन्नू के वालों उन्होंने फोन किया गया, फोन करके सवाल किया गया कि बेअदबी के आरोपी तुसी जैड प्लस सिक्योरिटी किस बेस से दिती आ, क्यों दिती आ, इसका जवाब देना पवेगा। तो नाल ही कहा गया कि अंजाम है इसका भुगतन दे लई तुसी तैयार रहो। तो वड्डी खबर तुहाडे नाल सांझी कर रहे हैं, तो तुहानूं दस दईए कि दूजे पासे केंद्र दे विच बीजेपी सरकार आ ते बीजेपी सरकार भी एक्शन दे विच नज़र जरूर गुरपतवंत पन्नू के खिलाफ नज़र आ रही आ, क्योंकि खालिस्तानी संगठन सिख फॉर जस्टिस के खिलाफ जिहड़ी एक वड्डी कार्रवाई हुई आ, उन्हां दे नाल संबंधित जिन्ने भी ऐप्स जां फिर वैबसाइट्स ने वह ब्लॉक कर दित्तियां गईआं ने, क्योंकि उन्होंने इल्जाम सीगे कि चोणों के पंजाब दी चोणों के माहौल खराब करने की कोशिश आ जिहड़ी उन्होंने वालों की जा रही सी, तां उसका हवाला देख के ही जिहड़ा उन्होंने वैबसाइट्स वगैरह ने
बैन कर दित्तियां गईयां सी तां जो कोई भी बखवादी गतिविधि उह पंजाब दे विच ना कीती जा सके। चोणां दे समें माहौल नूं खराब करन दी कोशिश आ जिहड़ी उह ना कीती जा सके। तां तुहानूं दस दईए हुण वड्डी खबर सामने आई है, वड्डी खबर तुहाडे नाल सांझी कर रहे हाँ कि हरियाणा दे मुख्यमंत्री मनोहर लाल खट्टर नूं इक धमकी मिली है ते धमकी दित्ती गई है गुरपतवंत सिंह पन्नू दे वल्लों। सिख फॉर जस्टिस वाले गुरपतवंत सिंह पन्नू जिहड़े इस वक्त यूएसए दे विच बैठे ने, भारत दे विच बैन हो चुके ने, पूरी तरह बैन किए हुए ने, ते हुण उहनां दीआं जिहड़ीआं वैबसाइट्स वगैरह ने जां एप्लीकेशनस ने उह वी भारत दे विच बैन कर दित्तियां गईआं ने। चोणां तों पहलां 18 फरवरी नूं जिहड़ीआं बैन कर दित्तियां गईआं सी, ते हुण कहा जा रहा है कि उसे गुरपतवंत पन्नू होरां दे वल्लों धमकी दित्ती गई है हरियाणा के मुख्यमंत्री मनोहर लाल खट्टर नूं। ते धमकी दे के कहा गया है, सवाल चुके गए ने, सवाल पूछे गए ने कि आखिर किस बेस से जिहड़ा तुसीं राम रहीम नूं जेड प्लस सिक्योरिटी आ उह दित्ती है।